ਅਸਲਾਮ ਵਾਲੇਕੁਮ ਦੋਸਤੋ, ਜਿਸ ਤਰ੍ਹਾਂ ਕਿ ਮੈਂ ਤੁਹਾਡਾ ਦੋਸਤ ਰਾਣਾ ਆਸਫ, ਅਤੇ ਦੋਸਤੋ ਅੱਜ ਦਾ ਅਸੀਂ ਵਲੋਗ ਸ਼ੁਰੂ ਕਰਨੇ ਆ। ਅੱਜ ਸਾਡੇ ਦੋ ਤਰ੍ਹਾਂ ਕੰਮ ਨੇ, ਉਹ ਤੁਹਾਨੂੰ ਦੱਸਾਂ ਅਸੀਂ ਕਿਸ ਤਰ੍ਹਾਂ ਕਰਨੇ ਨੇ। ਅਤੇ ਸਿਲੰਡਰ ਉਹ ਮੁੱਕਿਆ ਦਾ, ਉਹ ਗੈਸ ਭਰਾਉਣੀ ਹੈ, ਅਤੇ ਹੋਰ ਇੱਕ ਪੈਂਟ ਲੈਣੀ ਨਵੀਂ, ਅਤੇ ਉਹ ਵੀ ਚੱਲ ਲਿਆ ਦੁਕਾਨ 'ਤੇ ਦਿਖਾ ਲਿਆ ਕਿਹੜੇ ਕਲਰ ਦੀ ਲੈਣੀ, ਕਿਹੜੇ ਰੰਗ ਦੀ ਲੈਣੀ ਹੈ। ਕੱਲਾ ਤਾਂ ਨਹੀਂ ਲੈ ਕੇ ਜਾ ਸਕਦਾ, ਸਿਲੰਡਰ ਵੱਡਾ, ਅਤੇ ਨਾਲ ਮੇਰਾ ਕਜ਼ਨ ਮਾਮੂ ਦਾ ਮੁੰਡਾ ਬੇਟਾ, ਅਤੇ ਇਹ ਤਾਂ ਮੈਂ ਲੈ ਚੱਲਿਆ ਸਿਲੰਡਰ, 5 ਕਿਲੋ ਗੈਸ ਭਰਾਉਣ ਚੱਲੇ ਹਾਂ। ਦੱਸਣਾ ਯਾਦ ਭੁੱਲ ਗਿਆ ਸੀ, ਮੈਂ ਸਿਲੰਡਰ ਭਰਾਉਣ ਚੱਲਾ ਵਾਂ, ਨਾਲ ਇਹਦੀ ਦਾੜੀ ਵੱਡੀ ਹੋਈ ਮੁੰਡੇ ਇਸ ਦੀ, ਅਤੇ ਦਾੜੀ ਬਣਾਵਾਂਗੇ ਉਸ ਟਾਈਮ ਇਹਨੂੰ। ਇਹ ਸਿਲੰਡਰ ਤਾਂ ਦੁਕਾਨ 'ਤੇ ਭਰਾਉਣ ਵਾਸਤੇ, ਇਹਨੂੰ ਨਾ ਜਾਏ ਦੁਕਾਨ ਛੱਡਾਂਗਾ, ਇਹ ਸ਼ੇਵ ਸ਼ੂਵ ਕਰਾ ਲਏਗਾ ਆਪਣੀ, ਅਤੇ ਉਹਨੇ ਤਾਂ ਸਾਡਾ ਸਿਲੰਡਰ ਰੈਡੀ ਹੋ ਜਾਊਗਾ, ਅਤੇ ਉਹ ਤੋਂ ਬਾਅਦ ਅਸੀਂ ਬਾਜ਼ਾਰ ਚੱਲਾਂਗੇ। ਲੋ ਜਿਹੜੀ ਹੁਣ ਤਾਰੀ ਸਿੱਧੀ ਪਤਲੀ ਹੋਣ ਲੱਗੀ ਜੀ। ਟੈਂਸ਼ਨ ਨਹੀਂ ਲੈਣੀ ਸਾਡਾ, ਟੈਂਸ਼ਨ ਨਹੀਂ ਕਰ ਛੱਡਣੀ ਬਸ। ਅੱਛਾ ਜੀ, ਸਹੀ ਹੋਵੇ ਜੀ। ਕੋਈ ਦੋਸਤੋ, ਇੱਕ ਸਾਡਾ ਕੰਮ ਖਤਮ ਹੋਇਆ ਜੀ, ਇਹਦਾ ਸਿਲੰਡਰ ਵਾਲਾ ਸਮਾਨ ਵਾਸਤੇ ਤੇ ਹੁਣ ਅਗਲਾ ਕੰਮ ਜਿਹੜਾ ਉਹ ਡਰੈਸ ਸੂ ਲੈਣ ਚੱਲਿਆ ਸੀ, ਉਹ ਦਿਖਾ ਦਿੰਦੇ ਅਸੀਂ। ਅਸੀਂ ਦੋਸਤੋ ਆ ਗਏ ਹਾਂ ਡਰੈਸ ਸੂ ਲੈਣ ਵਾਸਤੇ, ਅਤੇ ਹੁਣ ਜੇ ਪਸੰਦ ਹੁੰਦਾ ਤੁਹਾਨੂੰ ਦੱਸਦੇ ਹਾਂ। ਪੀਲਾ ਲੈ ਲੈ, ਸਹੀ ਹੈ ਸਹੀ ਹੈ। ਨਹੀਂ ਇਹ ਨਹੀਂ ਮੈਨੂੰ ਪਸੰਦ, ਆਪ ਕੋਈ ਹੋਰ ਮੁਝੇ ਲੇਖ ਦੇ। ਨਹੀਂ ਇਹ ਨਹੀਂ ਮੈਨੂੰ ਪਸੰਦ ਹੈ, ਨਹੀਂ ਨਹੀਂ ਇਹ ਨਹੀਂ ਮੈਨੂੰ ਪਸੰਦ ਹੈ।
ਸਭ ਪਸੰਦ ਕੀਤਾ ਲੈਣ ਨੀ ਡਿਆ ਬੜਾ ਅੱਛਾ ਟ੍ਰੈਕ ਸੂਟ ਹੈ ਮੋਟਾ ਠੰਡ ਨਹੀਂ ਲੱਗੇਗੀ ਦੂਸਰਾ ਲੈਣਾ ਅੱਛੇ ਵਾਲਾ ਕਲਰ ਅੱਛੇ ਵਾਲਾ ਹੀ ਉਹ ਇੱਕ ਮਾਮੂ ਦਾ ਬੇਟਾ ਥਾ ਉਹ ਚਲਾ ਗਿਆ ਗਾਉਂ ਉੱਥੇ ਕੰਮ ਥਾ ਉਹ ਚਲਾ ਗਿਆ ਵਾਪਿਸ ਫਿਰ ਉਹ ਮੇਰੀ ਗਲਤੀ ਲੱਗ ਗਈ ਸਾਰਾ ਬਾਜਾ ਸਾਹਿਬ ਮੇਰੇ ਨਾਲ ਆ ਗਏ ਅਤੇ ਉਸਕੋ ਮੈਨੂੰ ਭੇਜ ਦਿਆ ਗਾਉਂ ਵਾਪਿਸ ਬਲੈਕ ਹੀ ਜ਼ਿੱਪਰ ਲੈਣਾ ਜ਼ਿੱਪ ਤੋਂ ਬਗੈਰ ਵਾਲਾ ਤੂੰ ਕਿਹੜਾ ਲਿਆ ਹਾਂ ਸਾਡਾ ਜ਼ਿੱਪ ਤੋਂ ਬਗੈਰ ਜ਼ਿੱਪਰ ਨਹੀਂ ਸੀ ਤੇਰੀ ਮਰਜ਼ੀ ਹੈ ਸੂਟ ਤਾਂ ਭਾਰਾ ਹੈ ਕਲਰ ਠੀਕ ਹੈ ਯਾਰ ਹੋਰ ਕਲਰ ਭਾਈ ਯਾਰ ਬੜਾ ਮੈਂ ਹੈ ਮੋਟਾ ਇਹ ਕਲਰ ਛੋਟਾ ਹੈ ਐਡਰੈਸ ਛੋਟਾ ਹੈ ਸੂਟ ਹੈ ਜੀ ਅੱਛੀ ਹੈ ਭਾਈ ਹੋਣ ਕਿਹਾ 2000 ਰੁਪਇਆ ਦੇ ਦਿਓ ਉਹ ਮਨਾ ਲਓ ਕਿਹਾ ਭਾਈ ਹੋਣ ਭਾਈ ਹੋਣ ਕਿਹਾ ਜੀ 2300 ਰੁਪਇਆ ਮੈਂ ਚਲੋ ਠੀਕ ਲੈ ਲਿਆ ਕਲਰ ਉਹ ਦੋਸਤੋ ਇੱਕ ਅਸੀਂ ਲੈਣਾ ਸਟ੍ਰੀਮ ਕਰਨ ਵਾਸਤੇ ਭਾਂਡਾ ਲੈਣ ਉੱਠ ਗਿਆ ਉਹ ਦੁਕਾਨ 'ਤੇ ਆਇਆ ਬਾਜ਼ਾਰ ਮੈਂ ਕਿਹਾ ਟਰੈਕ ਸੂਟ ਲੈਣ ਤੋਂ ਬਾਅਦ ਨਾਲ ਅਸੀਂ ਉਹ ਵੀ ਲੈ ਜਾਂਦੇ ਹਾਂ ਅਜੇ ਤਾਂ ਹੈ ਨਹੀਂ ਬਾਜ਼ਾਰ ਸੋ ਇਹ ਦੁਕਾਨ 'ਤੇ ਭੇਜਿਆ ਭਾਈ ਹੋਣ ਉਹਨੇ ਕਿਹਾ ਸਾਡੇ ਕੋਲ ਤਾਂ ਕੋਈ ਨਹੀਂ ਸੀ ਹੈ ਅਤੇ ਇਹਨਾਂ ਕੋਲ ਪਤਾ ਕਰਨਾ ਸਟ੍ਰੀਮ ਵਾਲਾ ਜਿਹੜਾ ਭਾਂਡਾ ਮਿਲ ਜੇ ਮੁਰਗਾ ਸਟ੍ਰੀਮ ਕਰਨਾ ਪੈ ਜਾ ਵੱਡਾ ਕੁਛ ਸਟ੍ਰੀਮ ਕਰਨਾ ਪੈ ਜਾ ਇੱਥੋਂ ਮਿਲ ਜਾਏਗਾ ਉਹ ਭਾਂਡਾ ਭਾਈ ਸਟ੍ਰੀਮ ਨਹੀਂ ਕਰੀਦਾ ਹੁੰਦਾ ਜਾਂ ਕੋਈ ਉਹ ਅਸੀਂ ਲਾਹਾਂਗੇ ਤਾਂ ਤੁਹਾਨੂੰ ਦੱਸਣਾ ਮੈਂ ਜਾਂਦੇ ਹੋਇਆ ਨਾ ਘਰ ਜਾਤੇ ਹੋਵੇ ਹਮ ਉਹ ਵੀ ਸੱਤ ਲੈ ਜੇ ਅਜੇ ਤੋਂ ਹੈ ਬਾਜ਼ਾਰ ਸਾਰਮ ਭਾਈ ਵੀ ਮਾਰੇ ਸਾਥ ਹੀ ਹੈ ਉਹ ਵੇ ਸਦੇ ਨਾ ਬਿਲਕੁਲ ਭਾਈ ਅੱਛਾ ਸਾਇਜ਼ ਇੱਕ ਹੀ ਹੁੰਦਾ ਸਾਇਜ਼ ਇੱਕ ਹੀ ਹੈ ਚਾਰ ਚਾਰ ਸਾਇਜ਼ ਅੱਛਾ ਦੋ ਨੇ ਸਭ ਤੋਂ ਛੋਟਾ ਕਿਹੜਾ ਚੱਕਾਂ ਕਾਲੀ ਕਿਸੇ ਸ਼ਾਇਦ ਹੱਕ ਕੇ ਨਹੀਂ ਇੱਥੇ ਭਾਈ ਅਸੀਂ ਬਾਹਰ ਕਾਲੀ ਅਸੀਂ ਇੱਥੇ ਹਾਂ ਅਸੀਂ ਕੰਮ ਚਲਾਵਾਂਗੇ ਵੇਖਿਓ ਹਾਂ ਇਹ ਕਿੰਨੇ ਦਾ ਭਾਈ ਸਾਢੇ ਚਾਰ ਸੌ ਦਾ ਅੱਛਾ ਅੱਛਾ ਸਹੀ ਸਰ ਮੈਂ 300 ਦਾ ਹੀ ਕਾਲੀ ਸਿੱਧਾ ਸਿੱਧਾ ਹਿਸਾਬ ਕਰ ਲਓ ਗੱਲ ਸੋਪਨੀਆਂ ਦੇ ਮਥੇ ਨਹੀਂ ਲੱਗਦੇ ਅਸੀਂ ਲੱਗਨੇ ਭੈਣ ਭਰਾ ਦੇ ਮਥੇ ਹਾਂਜੀ ਤੁਸੀਂ ਦੁਕਾਨਦਾਰ ਇਹ ਚੀਜ਼ ਜਾਲੀ ਮਿਲ ਗਈ ਹੈ ਅਤੇ 350 ਰੁਪਏ ਮੈਂ ਮਿਲਾ ਮੈਂ ਔਰ ਬੜਾ ਛੋਟਾ ਹੋਊਗਾ ਤਾਂ ਭਾਈ ਕਹਿ ਰਿਹਾ ਮਾਰੇ ਪਾਸ ਕਿਹੜਾ ਜਣਾ ਹਮ ਆਪ ਕੋ ਚੇਂਜ ਕਰ ਦੇਂਗੇ ਕੋਈ ਮਤਲਬ ਹਮ ਮੁਝੇ ਨਿਕਾਲ